ਮੈਂ ਗਾਉਣ ਡਿਆ ਹਾਂ ਹੁਣੀ ਛੋਟੇ ਦੁਕਾਨਦਾਰ ਨੂੰ ਜਿਹੜਾ ਵਾ ਛੋਟੇ ਦੁਕਾਨਦਾਰ ਨੇ ਇੱਕ ਜਿਹੜਾ ਵਾ ਉਹਦੀ ਤੁਰਕੀ ਆਸਤੇ ਅਸੀਂ ਤੇ ਕੁਝ ਕਾਨੂੰਨਾਂ ਤੋਂ ਹੈਰਾਨ ਹਾਂ ਵੀ ਕੈਸੇ ਕੈਸੇ ਕਾਨੂੰਨ ਕਾਰਪੋਰੇਟ ਦੇ ਹੱਥ ਦੇ ਵਿੱਚ ਆ ਰਹੇ ਆ ਵੀ ਕਰੋਨਾ ਕਾਲ ਦੇ ਤਹਿਤ ਅੱਧਾ ਸ਼ਹਿਰ ਉੱਜੜ ਗਿਆ ਇਹਦੀ ਕਿਸੇ ਨੂੰ ਨੀ ਫਿਕਰ ਵੀ ਸ਼ਹਿਰ ਉੱਜੜ ਗਿਆ ਵਾ ਪਰ ਇੱਕ ਬੈਂਕ ਨੂੰ ਕਬਜ਼ਾ ਦਵਾਉਣ ਵਾਸਤੇ ਦੋਵਾਂ ਮਹੀਨਿਆਂ ਦੇ ਵਿੱਚ ਜਿਹੜਾ ਹਾਈਕੋਰਟ ਵੱਲੋਂ ਆਰਡਰ ਆ ਜਾਣੇ ਤੇ ਜਿਹੜੇ ਦੁਕਾਨਦਾਰ ਵਾ ਉਹਨਾਂ ਨੂੰ ਉਹਦੇ ਵਿੱਚ ਪਾਰਟਿਸਪੇਟ ਵੀ ਤਾਂ ਕਰਾਉਣਾ ਵੀ ਕੀ ਗੱਲ ਬਣੀ ਕੀ ਨਹੀਂ ਆ ਤੇ ਪ੍ਰਸ਼ਾਸਨ ਏਡੀ ਵੱਡੀ ਫੌਜ ਲੈ ਕੇ ਜੇ ਕੋਈ ਗੱਲ ਕਰਨੀ ਚਾਹੇ ਤੇ ਪ੍ਰਸ਼ਾਸਨ ਇਹ ਕਹੇ ਵੀ ਮੁੱਠੀ ਭਰ ਕਿਸਾਨ ਹਰ ਜਗ੍ਹਾ ਤੇ ਪਹੁੰਚ ਜਾਂਦੇ ਆ ਇਹਨਾਂ ਨੂੰ ਫੜ ਕੇ ਜੇਲੇ ਡਾਕੋ ਇਹਨਾਂ ਨੂੰ ਲਾਠੀ ਚਾਰਜ ਕਰੋ ਇਹਦੇ ਵਿਰੋਧ ਵਿੱਚ ਆਏ ਆ ਭਰਾਵੋ ਜਿਨ੍ਹਾਂ ਨੂੰ ਤੁਸੀਂ ਮੁੱਠੀ ਭਰ ਸਮਝਦੇ ਜੇ ਜਦੋਂ ਵਾੜ ਖੇਤ ਨੂੰ ਖਾਣ ਲੱਗ ਪਵੇ ਫਿਰ ਸਾਨੂੰ ਆਪ ਆਪਣਾ ਕੰਮ ਕਰਨਾ ਪੈਂਦਾ ਵਾ ਜਦੋਂ ਅਸੀਂ ਜਿਹੜੇ ਆਪਣੇ ਨੌਕਰ ਰੱਖੇ ਆ ਉਹ ਸਾਡਾ ਕੰਮ ਕਰਨ ਨੂੰ ਨਾਰਾਜ਼ੀ ਹੋਵੇ ਫਿਰ ਮਜਬੂਰਨ ਸਾਨੂੰ ਆਪਣੇ ਹੱਥੀਂ ਆਪਣਾ ਕੰਮ ਲੈਣਾ ਪੈਂਦਾ ਵਾ ਇਹ ਨੌਕਰਸ਼ਾਹੀ ਜਿਹੜੀ ਆ ਸਾਡੇ ਅਫਸਰਸ਼ਾਹੀ ਬਣ ਕੇ ਸਾਨੂੰ ਲੱਤਾਂ ਮਾਰਦੇ ਆ ਸਾਨੂੰ ਇਹ ਧੱਕਾ ਮੁੱਕੀ ਕਰਦੇ ਆ ਇਸ ਗੱਲ ਦੇ ਵਿਰੋਧ ਦੇ ਵਿੱਚ ਇੱਥੇ ਪਹੁੰਚੇ ਆ ਵੀ ਜਿੰਨੇ ਵੀ ਕਰੋਨਾ ਦੇ ਝੰਬੇ ਛੋਟੇ ਦੁਕਾਨਦਾਰ ਉਹਨਾਂ ਦਾ ਦੁਕਾਨਦਾਰੀ ਉੱਜੜ ਨਹੀਂ ਦੇਵਾਂਗੇ ਇਹਦੇ ਉੱਤੇ ਕਾਰਪੋਰੇਟਾਂ ਦਾ ਕਬਜ਼ਾ ਨਹੀਂ ਹੋਣ ਦੇਵਾਂਗਾ ਇਹ ਕਹਿੰਦੇ ਆ ਵੀ ਜੇ ਉਹ ਕੱਲ੍ਹ ਕਹਿੰਦੇ ਸੀ ਵੀ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕਰਨੀਆਂ ਵਾ ਅੱਜ ਇੱਥੇ ਸੈਂਕੜੇ ਕਿਸਾਨ ਆਏ ਜਿੰਨੀਆਂ ਮਰਜ਼ੀ ਗ੍ਰਿਫਤਾਰੀਆਂ ਕਰ ਲੈਣ ਭਰ ਲੈਣ ਆਪਣੀਆਂ ਜੇਲ੍ਹਾਂ ਵੱਡੇ ਪੱਧਰ ਤੇ ਧੱਕਾ ਮੁੱਕੀ ਕੀਤੀ ਆ ਜੀ ਪੁਲਿਸ ਨੇ ਤੇ ਏਡਾ ਜ਼ਿਆਦਾ ਕੱਲ੍ਹ ਉੱਥੇ ਨੰਗਾ ਨਾਚ ਨੱਚਿਆ ਉਹਨਾਂ ਦੇ ਛੋਟੇ ਛੋਟੇ ਬੱਚੇ ਸੀ 3-3 ਸਾਲ ਦੇ ਉਹਨਾਂ ਨੂੰ ਬਾਹਾਂ ਤੋਂ ਫੜ ਫੜ ਕੇ ਬਾਹਰ ਸੁੱਟਿਆ ਜਿਹੜਾ ਕਿ ਸਾਡੀਆਂ ਵੀਡੀਓ ਤੋਂ ਬਾਹਰ ਰਹਿ ਗਏ ਆ ਇਹ ਤੇ ਅਸੀਂ ਉਦੋਂ ਕੈਮਰੇ ਚਾਲੂ ਕੀਤੇ ਆ ਜਦੋਂ ਬਹੁਤ ਜ਼ਿਆਦਾ ਧੱਕੇਸ਼ਾਹੀ ਹੋਣ ਲੱਗ ਪਈ ਆ ਉਹਨਾਂ ਨੇ ਬੱਚਿਆਂ ਨੇ ਸਾਰੀ ਦਿਹਾੜੀ ਸ਼ਹਿਮ ਦੇ ਨਾਲ ਜਿਹੜਾ ਵਾ ਉਹਨਾਂ ਦੇ ਇੱਕ ਬੱਚਾ ਹਸਪਤਾਲ ਦਾਖਲ ਰਿਹਾ ਉਹ ਗਲੂਕੋਜ਼ ਸਾਰੀ ਦਿਹਾੜੀ ਲੱਗਦ ਰਿਹਾ ਵੀ ਇੰਨਾ ਜ਼ਿਆਦਾ ਉਹ ਡਰ ਗਿਆ ਸੀ ਵੀ ਇੱਥੇ ਕੀ ਹੋ ਜਾਣਾ ਵਾ ਪਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕਿਸੇ ਦੀ ਸੁਣੀ ਸਿਰਫ ਇਸੇ ਗੱਲ ਤੇ ਟਲ ਰਹੀ ਆ ਕਿ ਅਸੀਂ ਕਬਜ਼ਾ ਦਿਵਾਉਣਾ ਹੀ ਆ ਅੱਜ ਵੀ ਸਵੇਰ ਦੇ ਜਿਹੜੇ ਆ ਇਹਨਾਂ ਨੇ ਤਹਿਸੀਲਦਾਰ ਸਾਹਿਬ ਆਪਣੀ ਤਹਿਸੀਲ ਦੇ ਵਿੱਚ ਆਰਡਰ ਭੇਜ ਰਹੇ ਆ ਵੀ ਫਿਰ ਕੀ ਹੋ ਜਾਊਗਾ ਜੇ ਕਿਸਾਨ ਉੱਥੇ ਰੋਕ ਲੈਣਗੇ ਤੇ ਅਸੀਂ ਜਿਹੜਾ ਕਬਜ਼ਾ ਲੈਣਾ ਹੀ ਲੈਣਾ ਕਾਰਪੋਰੇਟਾਂ ਦਾ ਪੱਖ ਪੂਰਨਾ ਹੀ ਪੂਰਨਾ ਜੇ ਪੂਰਨਾ ਦੇ ਭਰਾਓ ਅਸੀਂ ਆਏ ਆ ਸਾਰੇ ਇਕੱਠੇ ਹੋ ਕੇ ਇੱਥੇ ਅਸੀਂ ਕਹਿੰਦੇ ਹਾਂ ਜੇ ਅਸੀਂ ਧਰਤੀ ਤੇ ਬੋਝ ਆ ਤੇ ਗੋਲੀਆਂ ਮਾਰ ਦਿਓ ਤਾਂ ਸਾਨੂੰ ਫਾਂਸੀ ਦਾ ਲਟਕਾ ਦਿਓ ਪਰ ਇਸ ਤਰ੍ਹਾਂ ਸ਼ਹਿਰ ਦਾ ਉਜਾੜਾ ਨਹੀਂ ਹੁੰਦਾ ਵੇਖੋ ਅਸੀਂ ਅੱਜ ਦਾ ਧਰਨਾ ਰੱਖਿਆ 12-3 ਵਜੇ ਤੱਕ ਜੀ ਉਸ ਤੋਂ ਬਾਅਦ ਅਸੀਂ ਡਿਸੀਜਨ ਲਵਾਂਗੇ ਵੀ ਕੀ ਸਾਡਾ ਪ੍ਰਸ਼ਾਸਨ ਨਾਲ ਨਿਬੜਦਾ ਤੇ ਕੀ ਕਰਨਾ ਹੈ।